ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਗੁਰੂ ਨਾਨਕ ਦੇਵ ਹਸਪਤਾਲ 'ਚ ਮਰੀਜ਼ਾਂ ਦਾ ਹਾਲ ਜਾਣਨ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੀੜਤਾਂ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ ਤੇ ਡਾਕਟਰਾਂ ਦੀ ਕਾਰਗੁਜ਼ਾਰੀ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਨੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਲਾਸ਼ਾਂ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ, ਇਸ ਸਮੇਂ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਰੇਲ ਵਿਭਾਗ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ 'ਚ ਲੈਂਦਿਆਂ ਕਿਹਾ ਕਿ ਰੇਲ ਗੱਡੀ ਇੱਕ ਗਾਂ ਵਾਸਤੇ ਰੁਕ ਸਕਦੀ ਹੈ ਤਾਂ ਇਨਸਾਨਾਂ ਵਾਸਤੇ ਕਿਉਂ ਨਹੀਂ। ਜਿਹੜੀ ਮੈਡੀਕਲ ਫੈਸਿਲਿਟੀ ਸੀ ਔਰ ਪਹਿਲੇ ਦਿਨ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਸਾਡੀ ਕੇਅਰ ਕੀਤੀ ਉਹ ਇੰਨੀ ਕਾਬਲੇ ਤਾਰੀਫ ਹੈ। ਮੈਂ ਅੱਜ ਡਾਕਟਰ ਵੇਰਕਾ ਸੀਗੇ ਇੱਥੇ, ਮੈਂ ਇਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਡਾਕਟਰ ਸਾਹਿਬ ਬੜੀ ਦੇਰ ਬਾਅਦ ਇੱਕ ਬੰਦੇ ਨੇ ਮੈਨੂੰ ਇਹ ਸ਼ਿਕਾਇਤ ਨਹੀਂ ਕੀਤੀ ਕਿ ਜੀ ਸਾਡਾ ਹਸਪਤਾਲ ਦੇ ਵਿੱਚ ਇਲਾਜ ਠੀਕ ਨਹੀਂ ਹੋਇਆ। ਔਰ ਇਹ ਮੇਰੇ ਲਈ ਬੜੀ ਖੁਸ਼, ਮਤਲਬ ਮੈਂ ਬ੍ਰਹਮ ਅੰਕਲ ਨੂੰ ਵੀ ਵਧਾਈ ਦਿੰਦਾ, ਮੇਰੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਐਡਮਿਨਿਸਟ੍ਰੇਸ਼ਨ। ਔਰ ਮੈਨੂੰ ਇਹ ਕਿਹਾ ਗਿਆ, ਲੋਕ ਮੈਨੂੰ ਇਹ ਕਹਿੰਦੇ ਸੀ ਕਿ ਜੀ ਇੱਕ ਪੇਸ਼ੈਂਟ ਦੇ ਪਿੱਛੇ ਚਾਰ ਚਾਰ ਡਾਕਟਰ ਖੜੇ ਸੀ। ਔਰ ਇੱਥੇ ਤੁਸੀਂ ਦੇਖੋਗੇ ਪੀਜੀ ਵਾਲੇ ਵੀ ਹੈਗੇ ਨੇ ਜਿਹੜੇ ਪੀਜੀ ਕਰ ਰਹੇ ਆ, ਇੰਟਰਨਸ ਵੀ ਨੇ, ਸਾਰਿਆਂ ਨੇ ਆਪਣੇ ਯੋਗਦਾਨ ਦਿੱਤਾ। ਅੰਮ੍ਰਿਤਸਰ 'ਚ ਰੇਲ ਹਾਦਸੇ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਰੇਲ ਟਰੈਕ 'ਤੇ ਧਰਨਾ ਪ੍ਰਦਰਸ਼ਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚਲੋ ਜੋ ਦੁਰਘਟਨਾ ਹੋ ਗਈ ਸੀ ਉਹ ਅਲੱਗ ਬਾਤ ਹੈ, ਲੇਕਿਨ ਜੋ CRP ਔਰ ਜੋ ਪੰਜਾਬ ਪੁਲਿਸ ਹੈ ਇਹ ਲੋਕਾਂ ਨੂੰ ਤੰਗ ਕਰ ਰਹੀ ਹੈ ਵੀ ਆਪਣੀ ਮੰਗੋ ਕੋ ਲੇਕਰ ਅਗਰ ਆਦਮੀ ਯਹਾਂ ਪੇ ਬੈਠ ਗਿਆ, ਕਿਸੀ ਕਾ ਬੱਚਾ ਨਹੀਂ ਮਿਲ ਰਿਹਾ, ਕਿਸੀ ਕਾ ਬੜਾ ਨਹੀਂ ਮਿਲ ਰਿਹਾ, ਕਿਸੀ ਕਾ ਮਾਂ ਬਾਪ ਨਹੀਂ ਮਿਲ ਰਿਹਾ, ਤਾਂ ਉਸ ਕਾ ਕਿਆ ਹੋਗਾ। ਇਹ ਸਭ ਬੋਲ ਰਹੇ ਹੈ ਵੀ ਯਹਾਂ ਪੇ ਭਾਗ ਜਾਓ, ਐਸੇ ਬਾਤ ਨਹੀਂ ਬਣਤੀ ਹੈ, ਇਸ ਕਾ ਕੁਛ ਨਾ ਕੁਛ ਸੋਚੋ ਨਾ। ਆ ਕੇ ਯਹਾਂ ਮਾਹੌਲ ਖਰਾਬ ਹੋ ਗਿਆ, ਦੁਕਾਨੇ ਬੰਦ ਹੈ, ਦੁਕਾਨੋਂ ਵਾਲੋ ਕੋ ਪਰੇਸ਼ਾਨੀ ਹੋ ਰਹੀ ਹੈ, ਕਾਰੋਬਾਰ ਮੇਂ ਬਹੁਤ ਪਰੇਸ਼ਾਨੀ ਆ ਚੁੱਕੀ ਹੈ ਯਹਾਂ ਪੇ, ਤਾਂ ਇਸ ਕਾ ਜਲਦੀ ਸੇ ਜਲਦੀ ਜੋ ਵੀ ਹੈ ਇਸ ਕਾ ਹਿਸਾਬ ਕਿਤਾਬ ਕਰਕੇ ਆਪਣੇ ਹਿਸਾਬ ਸੇ। ਤੋ ਕੈਪਟਨ ਜੀ ਕੱਲ੍ਹ ਆਏ ਥੇ ਤੋ ਵੋ ਵੀ ਯਹਾਂ ਸੇ ਅੰਦਰ ਹੀ ਨਹੀਂ ਆਏ, ਬਾਹਰ ਸੇ ਨਿਕਲ ਗਏ। 19 ਅਕਤੂਬਰ ਨੂੰ ਅੰਮ੍ਰਿਤਸਰ ਦੇ ਜੋੜਾ ਫਾਟਕ ਨੇੜੇ ਵਾਪਰੇ ਹਾਦਸੇ ਤੋਂ ਬਾਅਦ ਮੇਲੇ ਦੇ ਆਯੋਜਕ ਮਿੱਠੂ ਉਰਫ ਸੋਰਵ ਮੈਦਾਨ ਦੇ ਮੌਕੇ ਤੋਂ ਭੱਜਣ ਦੀ ਵੀਡੀਓ ਸਾਹਮਣੇ ਆਈ ਹੈ। CCTV ਫੁਟੇਜ 'ਚ ਸਾਫ਼ ਦਿਖਾਈ ਦੇ ਰਿਹਾ ਕਿ ਹਾਦਸਾ ਵਾਪਰਨ ਦੀ ਖਬਰ ਮਿਲਣ ਤੋਂ ਬਾਅਦ ਮਿੱਠੂ ਕਿਵੇਂ ਮੌਕੇ ਤੋਂ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਿਆ। ਉਧਰ ਦਰਜਨਾਂ ਲੋਕ ਟ੍ਰੇਨ ਹੇਠਾਂ ਕੁਚਲ ਗਏ, ਇੱਧਰ ਮਿੱਠੂ ਮੈਦਾਨ ਨੇ ਉਹਨਾਂ ਦਾ ਹਾਲ ਜਾਣਨਾ ਵੀ ਜ਼ਰੂਰੀ ਨਹੀਂ ਸਮਝਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੋਮਵਾਰ ਨੂੰ SGPC ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ 'ਚ ਨਵੇਂ ਜਥੇਦਾਰ ਦਾ ਨਾਂ ਐਲਾਨ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅੱਜ ਜੀ ਅਰਦਾਸ ਅਸੀਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕੀਤੀ ਹੈ ਕਿ ਕੌਮ ਨੂੰ ਸਤਿਗੁਰੂ ਜੀ ਇਹੋ ਜਿਹੇ ਜਥੇਦਾਰ ਬਖਸ਼ਿਸ਼ ਕਰੋ ਜਿਹੜੀਆਂ ਸਮੁੱਚੀਆਂ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਨ ਵਾਲਾ ਹੋਵੇ, ਔਰ ਸਮੁੱਚੀਆਂ ਜੋ ਪੰਥ ਵਿੱਚ ਇਸ ਵੇਲੇ ਵੰਡੀਆਂ ਪੈ ਰਹੀਆਂ ਨੇ, ਵੱਖ ਵੱਖ ਧਿਰਾਂ ਬਣ ਜਾ ਰਹੀਆਂ ਨੇ, ਉਹ ਧਿਰਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਵਾਲਾ, ਪੰਥ ਦੀ ਏਕਤਾ ਕਰਵਾਉਣ ਲਈ ਵੱਡਾ ਯੋਗਦਾਨ ਪਾਉਣ ਵਾਲਾ ਹੋਵੇ, ਔਰ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ ਦਾ ਧਾਰਨੀ ਹੋਵੇ, ਉਸ ਇਹੋ ਜਿਹੇ ਜਥੇਦਾਰ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਨੇ ਜਿੱਥੇ ਹਰੇਕ ਦੇਸ਼ਵਾਸੀ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਜ਼ਖਮੀਆਂ ਦੀ ਦਰਦ ਭਰੀ ਦਾਸਤਾਨ ਸੁਣਦੇ ਹੋਏ ਗਾਇਕ ਫਿਰੋਜ਼ ਖਾਨ ਦੇ ਹੰਝੂ ਛਲਕ ਗਏ। ਉਹਨਾਂ ਜ਼ਖਮੀਆਂ ਦੀ ਮਦਦ ਲਈ ਉਹਨਾਂ ਨੂੰ ਪੈਸੇ ਵੀ ਦਿੱਤੇ। ਪੀੜਤ ਪਰਿਵਾਰਾਂ ਦਾ ਹਾਲ ਜਾਣਿਆ, ਇੱਥੇ ਦੱਸ ਦਈਏ ਕਿ ਫਿਰੋਜ਼ ਖਾਨ ਦੁਬਈ ਦੇ ਪਹਿਲੇ ਚੈਰੀਟੇਬਲ ਟਰੱਸਟ ਨਾਲ ਜੁੜੇ ਨੇ, ਜਿਨ੍ਹਾਂ ਦੀ ਟੀਮ ਅੰਮ੍ਰਿਤਸਰ 'ਚ ਪੀੜਤਾਂ ਦੀ ਸਾਰ ਲੈਣ ਪਹੁੰਚੀ ਹੈ।